ਪਰ ਹੁਣ ਤਾਂ ਦੋ ਗੋਲ ਚਾਹੀਦੇ ਆ ਮੁਸ਼ਕਲ ਹੀ ਆ ਬੈਕਲਿਨ ਐਮਟੀ ਨੈਟ ਇੱਕ ਵਾਰੀ ਫੇਰ ਕੋਸ਼ਿਸ਼ ਬੋਰਡਰਸ ਲਈ ਟੈਂਡ ਸਕਿਨ ਰਹਿ ਗਏ ਫਲੇਮਸ ਦੇ ਪ੍ਰੇਮੀ ਉਦਾਸ ਪਰ ਓਇਲਰਸ ਦੇ ਪ੍ਰੇਮੀ ਭੰਗੜਾ ਪਾ ਰਹੇ ਆ ਕਿਉਂਕਿ ਇਤਿਹਾਸਿਕ ਜਿੱਤ ਐਡਮਿਟਨ ਓਇਲਰਸ ਲਈ ਸਟੂਅਰਟ ਸਕਿਨਰ 10ਵਾਂ ਲਗਾਤਾਰ ਜਿੱਤ ਫਰੈਂਚਾਈਜ਼ ਰਿਕਾਰਡ ਬਰਾਬਰ ਕਰ ਗਿਆ ਪਰ 13 ਲਗਾਤਾਰ ਜਿੱਤਾ ਐਡਮਿਟਨ ਓਇਲਰਸ ਲਈ ਹੋਰ ਕੋਈ ਟੀਮ NHL ਦੇ ਇਤਿਹਾਸ ਵਿੱਚ ਕੋਈ ਕੈਨੇਡੀਅਨ ਟੀਮ ਨਹੀਂ 13 ਲਗਾਤਾਰ ਮੈਚ ਜਿੱਤੀਆ ਹੁਣ ਤੱਕ ਐਡਮਿਟਨ ਓਇਲਰਸ ਨੇ ਨਵਾਂ ਰਿਕਾਰਡ ਬਣਾ ਲਿਆ ਅਤੇ ਹਿਸਟਰੀ ਦੇ ਕਿਤਾਬ ਵਿੱਚ ਝੰਡਾ ਕੱਢ ਲਿਆ 13 ਹੀ 13 ਮੈਜਿਕ ਨੰਬਰ ਹੈਗਾ 13 ਅਤੇ ਐਡਮਿਟਨ ਓਇਲਰਸ ਜੋੜੀ ਜਾਂਦੇ ਨੇ ਜਿੱਤਾਂ ਅਤੇ ਅਗਲਾ ਮੈਚ ਚਾਹੁੰਦੇ ਹੋਣਗੇ ਵੀ 14 ਲਗਾਤਾਰ ਜਿੱਤਾਂ ਬਣਾਉਣ ਰਿਕਾਰਡ NHL ਦਾ ਹੈਗਾ 22 ਗੇਮਾਂ ਪਿਟਸਬਰਗ ਪੈਂਗਵਿਨਸ ਜਦੋਂ ਉਹਨਾਂ ਨੇ ਕੀਤਾ ਸੀਗਾ 1992-93 ਸੀਜ਼ਨ ਦੇ ਵਿੱਚ ਉਹ ਤਾਂ ਚਲੋ ਦੂਰ ਦੀ ਗੱਲ ਹੈ ਪਰ ਅੱਜ ਇੰਜੋਏ ਕਰਨਗੇ ਇੱਕ ਹੋਰ ਜਿੱਤ ਐਡਮਿਟਨ ਓਇਲਰਸ ਜਿੱਤ ਗਏ ਓਇਲਰਸ ਪੋਸਟ ਗੇਮ ਸ਼ੋਅ ਆ ਰਿਹਾ ਕਿਤੇ ਨਾ ਜਾਇਓ ਅਸੀਂ ਆ ਰਹੇ ਵਾਪਸ